ਜੀਰਾ ਦੇ ਪਿੰਡ ਬਰਪਾਲ ਵਿੱਚ ਅਕਾਲੀ ਦਲ ਐਸਸੀ ਵਿੰਗ ਦੇ ਸਰਦਾਰ ਮੰਗਲ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਫਿਰੋਜ਼ਪੁਰ ਦੇ ਪਿਤਾ ਸਰਦਾਰ ਕਸ਼ਮੀਰ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਵਿੱਚ ਇਲਾਕੇ ਦੀਆਂ ਸੰਗਤਾਂ, ਪੰਜ ਸਰਪੰਚ ਤੇ ਸਾਬਕਾ ਵਿਧਾਇਕ ਸ਼੍ਰੀ ਹਰੀ ਸਿੰਘ ਜੀਰਾ ਵੀ ਉਚੇਚ ਤੌਰ ਤੇ ਦੁੱਖ ਸਾਂਝਾ ਕਰਨ ਲਈ ਪਹੁੰਚੇ ਤੇ ਸੰਗਤਾਂ ਦੇ ਨਾਲ ਡੂੰਘਾ ਦੁੱਖ ਸਾਂਝਾ ਕੀਤਾ ਤੇ ਕਿਹਾ ਇਹ ਘਟਨਾ ਪੂਰੀ ਹੋਣ ਵਾਲੀ ਸਾਨੂੰ ਸਦਾ ਮਹਿਸੂਸ ਹੁੰਦੀ ਰਹੇ। ਮੈਂ ਮੰਗਲ ਸਿੰਘ ਪ੍ਰਧਾਨ, ਪਿੰਡ ਵਰਪਾਲ ਤੇ ਸਰਦਾਰ ਕਸ਼ਮੀਰ ਸਿੰਘ ਜੀ ਦਾ ਲੜਕਾ। ਮੇਰੇ ਪਿਤਾ ਜੀ ਮਤਲਬ ਨਿਤਨੇਮੀ ਸੀ, ਬਹੁਤ ਗੁਰੂ ਦੀ ਕਿਰਪਾ ਨਾਲ ਭੈਣ ਕੋਲ ਗਏ, ਰਾਤ ਵਧੀਆ ਰੋਟੀ ਪਾਣੀ ਖਾ ਕੇ ਪਏ। ਉਸ ਤੋਂ ਬਾਅਦ ਦੇ ਵਿੱਚ 4 ਵਜੇ ਉੱਠੇ, ਇਸ਼ਨਾਨ ਪਾਣੀ ਕਰਕੇ, ਪ੍ਰਸ਼ਾਦ ਸਜਾ ਕੇ, ਐਸ ਐਮ 1 ਨਿਊਜ਼ ਦੇ ਲਈ ਕੈਮਰਾਮੈਨ ਤਿਲਕ ਸਿੰਘ ਰਾਏ ਦੇ ਨਾਲ ਰਣਜੀਤ ਸਿੰਘ ਰਾਏ ਦੀ ਰਿਪੋਰਟ।